ਸਤ ਸੰਗਤ ਜੀਓ ਘਰ ਦੀ ਗਰੀਬੀ ਦੂਰ ਕਰਨ ਵਾਸਤੇ ਤੁਸੀਂ ਬਹੁਤ ਸਾਰੇ ਉਪਚਾਰ ਵੇਖਦੇ ਹੋਵੋਗੇ ਬਹੁਤ ਸਾਰੀਆਂ ਜੜੀਆਂ ਚੀਜ਼ਾਂ ਨੇ ਉਹ ਕਰਕੇ ਵੇਖ ਚੁੱਕੇ ਹੋਵੋਗੇ ਸੋ ਅੱਜ ਆਪਾਂ ਕੁਝ ਖਾਸ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਮੇਰਾ ਕਰਨ ਪਿਆਰਿਓ ਜਿੱਥੇ ਤੱਕ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਬਹੁਤ ਹੀ ਸਰਲ ਤੇ ਸੌਖੇ ਨੇ ਤੇ ਸਤਗੁਰ ਸੱਚੇ ਪਾਤਸ਼ਾਹ ਨੇ ਸ਼੍ਰੀ ਰਾਗ ਦੇ ਵਿੱਚ ਜੋ ਸ਼੍ਰੀ ਰਾਗ ਹੈ ਉਹਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕੁਝ ਖਾਸ ਚੀਜ਼ਾਂ ਦਾ ਵਰਣਨ ਕੀਤਾ ਹੈ ਆਪਾਂ ਉਹਨਾਂ ਚੀਜ਼ਾਂ ਨੂੰ ਜ਼ਰੂਰ ਵਾਚਣਾ ਹੈ ਪਹਿਲਾਂ ਤਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਆਪਾਂ ਘਰ ਦੀ ਗਰੀਬੀ ਤੋਂ ਕਈ ਵਾਰੀ ਇੰਨੇ ਪਰੇਸ਼ਾਨ ਹੋ ਜਾਂਦੇ ਆ ਇੰਨੇ ਜ਼ਿਆਦਾ ਦੁਖੀ ਹੋ ਜਾਂਦੇ ਆ ਕਿ ਮਨ ਜਿਹੜਾ ਨਾ ਉਹ ਮਨ ਇੰਨਾ ਕੋ ਖਿੱਚ ਜਾਂਦਾ ਹੈ ਮਨ ਜਿਹੜਾ ਇੰਨਾ ਕੋ ਦੁਖੀ ਹੋ ਜਾਂਦਾ ਹੈ ਆਪਾਂ ਸੋਚਦੇ ਆ ਵੀ ਇਹਦੇ ਨਾਲੋਂ ਤੇ ਮੌਤ ਚੰਗੀ ਹੈ ਕਈ ਵਰੀਏ ਨੇ ਕੋ ਆਪਾ ਦੁਖੀ ਹੋ ਜਾਂਦੇ ਆ ਬਹੁਤ ਜ਼ਿਆਦਾ ਦੁਖੀ ਹੋ ਕੇ ਹੀ ਬੰਦਾ ਇਹ ਗੱਲ ਕਹਿੰਦਾ ਬਹੁਤ ਜ਼ਿਆਦਾ ਦੁਖੀ ਹੋ ਕੇ ਹੀ ਬੰਦਾ ਇਹ ਗੱਲ ਸੋਚਦਾ ਸੋ ਸਾਧ ਸੰਗਤ ਇੱਥੇ ਮੈਂ ਬੇਨਤੀਆਂ ਕਰਾਂ ਆਪ ਜੀ ਦਾ ਧਿਆਨ ਦਿਵਾਵਾਂ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਵਿੱਚ ਉਸ ਇਨਸਾਨ ਦਾ ਜ਼ਿਕਰ ਕੀਤਾ ਹੈ ਜਿਹੜਾ ਇਨਸਾਨ ਗੁਰਮੁਖ ਪਿਆਰਿਓ ਜੋ ਜ਼ਿੰਦਗੀ ਤੋਂ ਅੱਕ ਜਾਂਦਾ ਹੈ ਆਪਣੀ ਗਰੀਬੀ ਤੋਂ ਅੱਕ ਜਾਂਦਾ ਹੈ ਪਾਤਸ਼ਾਹ ਕਹਿੰਦੇ ਜੇ ਅੱਕ ਜੇ ਤੇ ਫਿਰ ਕੀ ਕਰੀਏ ਫਿਰ ਕੀ ਕਰਨਾ ਚਾਹੀਦਾ ਹੈ ਸਾਧ ਸੰਗਤ ਉਹਦੇ ਬਾਰੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਖਾਸ ਜ਼ਿਕਰ ਕੀਤਾ ਹੈ ਮੇਰੇ ਪਾਤਸ਼ਾਹ ਕਹਿੰਦੇ ਕਵਰਉਣ ਦੀ ਜ਼ਰੂਰਤ ਨਹੀਂ ਪਾਤਸ਼ਾਹ ਕਹਿੰਦੇ ਨੇ ਡਰੀ ਨਾ ਕਵਰਾਈ ਨਾ ਸਤਗੁਰੂ ਕਹਿੰਦੇ ਨੇ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਜੇ ਕੋਈ ਮਨੁੱਖ ਅਜ਼ੀਹਾ ਕਮਜ਼ੋਰ ਹੋ ਜਾਏ ਭੁੱਖ ਨੰਗ ਦਾ ਦੁੱਖ ਉਸ ਨੂੰ ਹਰ ਵੇਲੇ ਖਾਂਦਾ ਰਹੇ ਹਰ ਵੇਲੇ ਡਰ ਸਤਾਉਂਦਾ ਰਵੇ ਮੈਂ ਤੇ ਗਰੀਬ ਆ ਮੈਂ ਤੇ ਗਰੀਬ ਆ ਮੇਰੇ ਕੋਲੇ ਕੁਝ ਵੀ ਨਹੀਂ ਕੁਝ ਵੀ ਨਹੀਂ ਆਪਣੇ ਮੁਕੱਦਰਾਂ ਦੇ ਨਾਲ ਸ਼ਿਕਵੇ ਕਰਦਾ ਰਹੇ ਗਿਲੇ ਕਰਦਾ ਰਹੇ ਤੇ ਸਤਿਗੁਰੂ ਕਹਿੰਦੇ ਨੇ ਗਿਲੇ ਨਾ ਕਰ ਯਾਦ ਰੱਖ ਕੇ ਉਹ ਪਰਮਾਤਮਾ ਸਭ ਦੀ ਸੁਣਦਾ ਹੈ ਉਹ ਤੇਰੀ ਵੀ ਸੁਣੇਗਾ ਉਹਦੇ ਤੱਕ ਪਹੁੰਚ ਜ਼ਰੂਰ ਕਰ ਕਿਸੇ ਤੋਂ ਆਪਾਂ ਕੰਮ ਲੈਣਾ ਹੋਵੇ ਨਾ ਉਹਦੇ ਦਰਵਾਜ਼ੇ ਤੱਕ ਪਹੁੰਚ ਕਰਨੀ ਪੈਂਦੀ ਹੈ ਸਤਿਗੁਰੂ ਕਹਿੰਦੇ ਉਹਦੇ ਤੱਕ ਪਹੁੰਚ ਕਰ ਜਿਵੇਂ ਮਰਜ਼ੀ ਕਰ ਉਹਦੇ ਤੱਕ ਪਹੁੰਚਣਾ ਕਰ ਇੱਕ ਵਾਰੀ ਉਹ ਤੇਰੀ ਫੇਰ ਹੀ ਫਰਿਆਦ ਸੁਣੇਗਾ ਨਾ ਇੱਕ ਵਾਰੀ ਪਹੁੰਚ ਤੇ ਸਹੀ ਉਹਦੇ ਤੱਕ ਸੋ ਸਾਥ ਸੰਗਤ ਇਹ ਜਿਹੜਾ ਸ਼ਬਦ ਹੈ ਨਾ ਪੂਰਾ ਸ਼ਬਦ ਮੈਂ ਤੁਹਾਡੇ ਨਾਲ ਸਾਂਝ ਜ਼ਰੂਰ ਪਾ ਦੇ ਆਂ ਪਾਤਸ਼ਾਹ ਕਹਿੰਦੇ ਨੇ ਇਸ ਸੰਕਟ ਮੋਚਨ ਦੇ ਵਿੱਚ ਇਹ ਸ਼ਬਦ ਤੁਹਾਨੂੰ ਮਿਲ ਜਾਏਗਾ ਸੋ ਇਹ ਪੂਰਾ ਸ਼ਬਦ ਕੀ ਹੈ ਸਾਧ ਸੰਗਤ ਸ਼੍ਰੀ ਰਾਗ ਮਹੱਲਾ ਪੰਜਵਾ ਇਹ ਅੰਗ 70 ਦੇ ਉੱਤੇ ਮੌਜੂਦ ਹੈ ਜੀ ਪਾਤਸ਼ਾਹ ਕਹਿੰਦੇ ਜੇ ਕੋ ਹੋ ਵੈ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲ ਨਾ ਪਵੈ ਨਾ ਕੋ ਦੇਵੈ ਧੀਰ ਸੋ ਆਰਥ ਸਵਾਉ ਨਾ ਕੋ ਕਰੇ ਨਾਗਿ ਚ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮਤਾ ਨਿਹਚਲ ਹੋਵੇ ਰਾਜ ਪਰਸ਼ਾ ਕਹਿੰਦੇ ਯਾਦ ਰੱਖੀ ਸਜਣਾ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਜੇ ਤੇਰੇ ਪੱਲੇ ਪੈਸਾ ਨਾ ਹੋਵੇ ਕੋਈ ਮਨੁੱਖ ਉਸ ਨੂੰ ਹੌਸਲਾ ਵੀ ਨਾ ਦੇਵੇ ਤੇ ਪਾਤਸ਼ਾਹ ਕਹਿੰਦੇ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਜੇ ਕੋਈ ਮਨੁੱਖ ਉਸ ਦੀ ਲੋੜ ਗਰਜ ਵੀ ਪੂਰੀ ਨਾ ਕਰੇ ਉਸ ਪਾਸੋਂ ਆਪਣਾ ਕੋਈ ਕੰਮ ਸਿਰੇ ਨਾ ਚੜ ਸਕੇ ਤੇ ਸਤਿਗੁਰੂ ਕਹਿੰਦੇ ਨੇ ਤੇ ਫਿਰ ਵੀ ਡੋਲੀ ਨਾ ਤੇਰੇ ਕੋਈ ਨਾਲ বিনা ਖੜੇ ਤੇਰਾ ਕੋਈ ਸਹਾਰਾ বিনা ਬਣੇ ਤੂੰ ਡੋਲੀ ਨਾ ਤੂੰ ਕਵਰਾਈ ਨਾ ਜਿੱਥੇ ਕੋਈ ਨਹੀਂ ਖੜਿਆ ਉਥੇ ਸਤਿਗੁਰੂ ਤੇਰੇ ਲਈ ਖੜਾ ਹੋਵੇਗਾ ਪਾਤਸ਼ਾਹ ਕਹਿੰਦੇ ਯਾਦ ਰੱਖੀ ਪਿਆਰਿਆ ਡੋਲੀ ਨਾ ਪਾਤਸ਼ਾਹ ਨੇ ਇੱਕ ਚੀਜ਼ ਹੋਰ ਕੀਤੀ ਪਾਤਸ਼ਾਹ ਕਹਿੰਦੇ ਚਿਤ ਆਵੈ ਉਸ ਪਾਰ ਬ੍ਰਹਮ ਤਾ ਨੇ ਚਲ ਹੋਵੈ ਰਾਜ ਪਾਤਸ਼ਾਹ ਕਹਿੰਦੇ ਅਜੇਹੀ ਦੁਰਦਸ਼ਾ ਵਿੱਚ ਹੁੰਦਿਆਂ ਵੀ ਜੇ ਪਰਮਾਤਮਾ ਤੇਰੇ ਚੇਤੇ ਵਿੱਚ ਆ ਵਸੇ ਤਾਂ ਉਸ ਦਾ ਅਟਲ ਰਾਜ ਬਣ ਜਾਂਦਾ ਉਸ ਦੀ ਆਤਮਿਕ ਅਵਸਥਾ ਅਜੇਹੀ ਬਾਦਸ਼ਾਹ ਵਾਲੀ ਹੋ ਜਾਂਦੀ ਹੈ ਜਿਨ੍ਹਾਂ ਦਾ ਰਾਜ ਕਦੇ ਨਾ ਡੋਲੇ ਸੋ ਗੁਰਮੁਖ ਪਿਆਰਿਓ ਗੁਰੂ ਤੇ ਭਰੋਸਾ ਕਰਕੇ ਸਤਗੁਰੂ ਤੇ ਭਰੋਸਾ ਕਰਕੇ ਕਦੇ ਚੱਲ ਕੇ ਵੇਖਿਓ ਪਿਆਰਿਓ ਮੈਂ ਕਿਹਾ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਸਤਗੁਰੂ ਦੀ ਰਹਿਮਤ ਹੋਈ ਤੇ ਪਿਆਰਿਓ ਤੁਹਾਡੇ ਸਾਰੇ ਕਾਰਜ ਸਵਰ ਜਾਣਗੇ ਸਤਗੁਰੂ ਦੀ ਕਿਰਪਾ ਹੋਈ ਪਾਤਸ਼ਾਹ ਦੀ ਕਿਰਪਾ ਹੋਈ ਤੁਹਾਡੇ ਕਾਰਜ ਜਿਹੜੇ ਆ ਨਾ ਉਹ ਗੁਰੂ ਨੇ ਸਵਾਰ ਦੇਣੇ ਆ ਤੇ ਮੈਂ ਬੇਨਤੀ ਕਰਾਂ ਪਾਤਸ਼ਾਹ ਗੁਰਬਾਣੀ ਵਿੱਚ ਇੱਕ ਉਦਾਹਰਨ ਦਿੰਦੇ ਨੇ ਸਤਗੁਰੂ ਕਹਿੰਦੇ ਨੇ ਕੀੜਾ ਥਾਪ ਦੇ ਪਾਤਸ਼ਾਹੀ ਲਖ ਲਸ਼ਕਰ ਕਰੇ ਸਵਾਹ ਪਾਤਸ਼ਾਹ ਕਹਿੰਦੇ ਇੱਕ ਕੀੜੇ ਨੂੰ ਬਣਾ ਕੇ ਥਾਪ ਕੇ ਸਤਿਗੁਰੂ ਪਾਤਸ਼ਾਹੀ ਦੇ ਸਕਦੇ ਨੇ ਬਾਦਸ਼ਾਹ ਬਣਾ ਸਕਦੇ ਨੇ ਉਹਦੇ ਕੋਲੇ ਸਮਰੱਥਾ ਹੈ ਤੇ ਉਸ ਕੀੜੇ ਨੂੰ ਬਾਦਸ਼ਾਹ ਤੱਕ ਬਣਾਉਣ ਦੀ ਸਮਰੱਥਾ ਉਸ ਗੁਰੂ ਕੋਲੇ ਹੈ ਤੇ ਸਾਥ ਸੰਗਤ ਯਾਦ ਰੱਖਿਓ ਲਖ ਲਸ਼ਕਰਾਂ ਵਾਲੇ ਰਾਜੇ ਵੀ ਕਿਉਂ ਨਾ ਹੋਣ ਲੱਖਾਂ ਸੈਨਾ ਮਾਮਾ ਵਾਲੇ ਵੀ ਕਿਉਂ ਨਾ ਹੋਣ ਤੇ ਪਾਤਸ਼ਾਹ ਉਹਨਾਂ ਨੂੰ ਵੀ ਸਾੜ ਕੇ ਸੁਆਹ ਕਰ ਸਕਦਾ ਇੱਕ ਖਿੰ ਅੱਖ ਝਪਕਣ ਤੋਂ ਵੀ ਘੱਟ ਸਮਾਂ ਗੁਰੂ ਨੇ ਲਾਉਣਾ ਸੋ ਪਿਆਰਿਓ ਇਹ ਹੈ ਅਸਲ ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਤਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਜੀਨੇ ਸਮਝ ਲਈ ਤੇ ਉਹਦੇ ਵੇੜੇ ਪਾਰ ਹੋ ਜਾਂਦੇ ਨੇ ਗੁਰਮਖੋ ਸੰਕਟ ਮੋਚਨ ਦੇ ਵਿੱਚ ਇਹ ਪੂਰਾ ਸ਼ਬਦ ਹੈ ਕਹਿੰਦੇ ਨੇ ਇਹ ਸ਼ਬਦ ਨੂੰ ਜ਼ਰੂਰ ਪੜਿਆ ਕਰਾ ਇਸ ਸ਼ਬਦ ਦਾ ਪਾਠ ਜ਼ਰੂਰ ਕਰਨਾ ਹੈ ਨਿਤਨੇਮ ਜ਼ਰੂਰ ਕਰੋ ਸਾਧ ਸੰਗਤ ਇਸ ਦਾ ਪਾਠ ਤੁਸੀਂ ਭਾਵੇਂ 31 ਦਿਨ ਭਾਵੇਂ 43 ਦਿਨ ਜਿੰਨੇ ਦਿਨ ਤੁਹਾਡਾ ਦਿਲ ਕਰਦਾ ਜ਼ਰੂਰ ਕਰੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਰਹਿਮਤ ਕਰਨਗੇ ਪਿਆਰਿਓ ਸਤਿਗੁਰੂ ਤੁਹਾਡੇ ਉੱਪਰ ਰਹਿਮਤ ਤਰੁੱਠ ਕੇ ਸਤਿਗੁਰੂ ਨੇ ਇਹੋ ਜੀ ਕਿਰਪਾ ਕਰ ਦੇਣੀ ਹੈ ਪਿਆਰਿਓ ਤੁਸੀਂ ਖੁਦ ਆਪ ਵੇਖੋਗੇ ਕਿ ਇਹ ਸਭ ਕੁਝ ਕਿਸ ਤਰ੍ਹਾਂ ਹੋਇਆ ਹੈ ਤਉ ਆਨੂੰ ਖੁਦ ਵਲੀਵਨੀ ਹੋਣਾ ਜ਼ਕੀਰ ਨਹੀਂ ਹੋਣਾ ਹੁਣ ਇੱਥੇ ਬੇਨਤੀ ਕਰਾਂ ਕਈ ਸਵਾਲ ਕਰਨਗੇ ਵੀ 40 ਦਿਨ 31 ਦਿਨ ਕਿਉਂ ਮੈਂ ਬੇਨਤੀ ਕਰਾਂ ਜਿਨੇ ਕਦੇ ਨਹੀਂ ਕੀਤਾ ਉਹਨੂੰ ਜੁੜਨ ਦੇ ਲਈ ਇੱਕ ਟਾਰਗੇਟ ਹੈ ਜੇ ਉਹ ਇਸ ਤਰ੍ਹਾਂ ਕਰਕੇ ਇੱਕ ਵਾਰੀ ਜੁੜ ਗਿਆ ਨਾ ਮਨ ਚ ਇੱਕ ਵਾਰੀ ਬੈਠ ਗਿਆ ਸ਼ਬਦ ਤੇ ਪਿਆਰਿਓ ਉਹ ਕਦੇ ਵੀ ਗੁਰੂ ਤੋਂ ਦੂਰ ਨਹੀਂ ਹੋਵੇਗਾ ਕਦੇ ਵੀ ਬਾਣੀ ਤੋਂ ਦੂਰ ਨਹੀਂ ਜਾਵੇਗਾ ਇਹ ਗੱਲ ਹਮੇਸ਼ਾ ਯਾਦ ਰੱਖਿਆ ਜੇ ਸਤਗੁਰੂ ਸੱਚੇ ਪਾਤਸ਼ਾਹ ਇਹੋ ਜੀ ਕਿਰਪਾ ਕਰਕੇ ਨਿਵਾਜ਼ ਦਿੰਦੇ ਨੇ ਸੋ ਗੁਰਮੁਖ ਪਿਆਰਿਓ ਜ਼ਰੂਰ ਆਪਾਂ ਉਪਰਾਂ ਲਾ ਕਰੀਏ ਕਦੇ ਵੀ ਆਪਾਂ ਡੋਲੀਏ ਨਾ ਕਦੇ ਵੀ ਆਪਾਂ ਸਤਿਗੁਰੂ ਤੋਂ ਮਨ ਨਾ ਓਕਾਈਏ ਪਾਤਸ਼ਾਹ ਨੇ ਕਿਰਪਾ ਕੀਤੀ ਸਤਿਗੁਰੂ ਨੇ ਮਿਹਰ ਕੀਤੀ ਸਾਥ ਸੰਗਤ ਤੁਹਾਡੇ ਸਾਰੇ ਕਾਰਜ ਸਤਿਗੁਰ ਸੱਚੇ ਪਾਤਸ਼ਾਹ ਨੇ ਸਫਲ ਕਰ ਦੇਣੇ ਆ ਆ ਤੁਹਾਡਾ ਜਿਹੜਾ ਮਾੜਾ ਸਮਾਂ ਨਾ ਇਹ ਵੀ ਪਾਤਸ਼ਾਹ ਨੇ ਦੂਰ ਕਰ ਦੇਣਾ ਉਹਨੂੰ ਸਾਰਿਆਂ ਦੀ ਫਿਕਰ ਹੈ ਉਹਨੂੰ ਸਭ ਦੀ ਫਿਕਰ ਹੈ ਪਿਆਰਿਓ ਆਪਾਂ ਨੂੰ ਤੇ ਆਪਣੀ ਆਪਣੀ ਹੈ ਯਾਦ ਰੱਖਿਓ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜ਼ਰੂਰ ਆਪਾਂ ਗੁਰੂ ਨਾਲ ਜੁੜੀਏ ਗੁਰੂ ਵਾਲੇ ਬਣੀਏ ਹੋਰ ਪਾਸਿਆਂ ਦੀ ਝਾਕ ਛੱਡ ਕੇ ਆਸ ਛੱਡ ਕੇ ਆਪਾਂ ਗੁਰੂ ਵਾਲੇ ਹੋ ਜਾਈਏ ਪਿਆਰਿਓ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ